ਦੱਸ ਦਵਾਂ, ਇਹਦੀ ਕੋਈ ਕੀਮਤ ਨਹੀਂ ਹੈਗੀ, ਫ੍ਰੀ ਮਤਲਬ ਅਸੀਂ ਇਹ ਜਿਹੜੀ ਸੇਵਾ ਇਹਨਾਂ ਨੂੰ ਕਰ ਰਹੇ ਹਾਂ। ਮਤਲਬ ਮੇਰਾ ਇੱਕ ਮੈਸੇਜ ਮੈਂ ਸ਼ਹਿਰ ਵਾਸੀਆਂ ਨੂੰ ਦੇਣਾ ਚਾਹੁੰਦਾ ਵਾਂ ਕਿ ਲੰਗਰ ਦੀ ਸੇਵਾ ਅਸੀਂ ਸ਼ੁਰੂ ਕੀਤੀ ਸੀ, ਸਿੰਗਲ ਪੈਨੀ ਨਹੀਂ ਕਿਸੇ ਕੋਲੋਂ ਲੈ ਰਹੇ, ਸ਼ਹਿਰ ਵਾਸੀ ਲੰਗਰ ਦੇ ਰਹੇ ਨੇ। ਉਹਦੇ ਨਾਲ ਨਾਲ ਜਿਹੜੀਆਂ ਹੌਸਪੀਟਲ 'ਚ ਜਿਹੜਾ ਸਾਡਾ ਸਟਾਫ ਹੈ, ਦੇਖੋ 3 ਜਣੇ ਸਮਾਜ 'ਚ ਇਸ ਵੇਲੇ ਸੇਵਾ ਕਰ ਰਹੇ ਨੇ, ਡਾਕਟਰ 4 ਜਣੇ, ਸਫਾਈ ਸੇਵਕ, ਮੈਡੀਕਲ ਅਤੇ ਮੀਡੀਆ। ਤੁਸੀਂ ਲੋਕ ਲੋੜਾਂ ਲੋਕਾਂ ਤੱਕ ਲੋੜਾਂ ਦੱਸ ਦਿੰਦੇ ਹੋ, ਲੋਕ ਉਹਨਾਂ ਨੂੰ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦੇ ਨੇ। ਅੱਜ ਜਿਹੜਾ ਇਹ ਕੱਲ੍ਹ ਦਾ ਮੁੱਦਾ ਭਖ ਰਿਹਾ ਹੈ, ਬਹੁਤ ਜ਼ਿਆਦਾ ਗੰਭੀਰ ਹੈ, ਸਰਕਾਰ ਨੂੰ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਇਹ ਜਿੰਨੇ ਮਤਲਬ ਇੱਕ ਖੜੀਆਂ ਨੇ ਨਰਸਿਸ, ਇੱਥੇ 10,000 ਰੁਪਇਆ ਸੈਲਰੀ ਹੈ, ਜਿਹਦੇ ਵਿੱਚੋਂ ਕੱਟ ਕਟਾ ਕੇ 9,000 ਰੁਪਇਆ ਇਹਨਾਂ ਨੂੰ ਮਿਲਦਾ, 250 ਜਿਹੜੀ ਨਰਸ ਇੱਥੇ ਔਰ ਬਾਕੀ ਹੋਰ ਪੰਜਾਬ ਦੇ ਵਿੱਚ ਹੈਗੀਆਂ ਨੇ। ਮੈਨੂੰ ਅੱਜ ਦੇ ਦੌਰ 'ਚ ਸਵਾਲ ਦਾ ਜਵਾਬ ਦੇ ਦਿਓ ਕਿ ਅੱਜ ਦੇ ਦਿਨ 'ਚ ਤੁਸੀਂ ਆਪਣੇ ਘਰ ਦੇ ਵਿੱਚ ਕੋਈ ਕੰਮ ਵਾਲੀ ਮੈਨੂੰ 10,000 ਤੋਂ ਥੱਲੇ ਰੱਖ ਕੇ ਵਿਖਾ ਦਿਓ। ਇਹਨਾਂ ਦਿਨਾਂ ਦੇ ਹਾਲਾਤਾਂ ਦੇ ਵਿੱਚ ਬਹੁਤ ਬੁਰੇ ਹਾਲਾਤ ਜਿਹੜੇ ਬਣਾਏ ਹੋਏ ਨੇ, ਇਹਨਾਂ ਕੋਲ ਮਾਸਕ ਦੀ ਕਮੀ ਹੈ, ਗਲਵਜ਼ ਨਹੀਂ ਹੈਗੇ, ਸੈਨੀਟਾਈਜ਼ਰ ਨਹੀਂ ਮਿਲਦਾ। ਇੱਥੋਂ ਤੱਕ ਕਿ ਵਾਰਡ 'ਚ ਮੇਨ ਜੇ ਕਰੋਨਾ ਪੇਸ਼ੈਂਟ ਹੈ ਜਾਂ ਜਿਹੜਾ ਮਤਲਬ ਸਸਪੈਕਟਡ ਹੈ, ਉਹਦਾ ਬੁਖਾਰ ਚੈੱਕ ਕਰਨਾ ਅਤੇ ਥਰਮਾਮੀਟਰਾਂ ਦੀ ਘਾਟ ਹੈ, ਉਹਦੇ ਲਈ ਅੱਜ ਜੇ ਅਸੀਂ ਇੱਕ ਉਪਰਾਲਾ ਕਰਨ ਸ਼ੁਰੂ ਜਾ ਰਹੇ ਹਾਂ, ਕਿਉਂਕਿ ਰਾਸ਼ਨ ਵਾਲੀ ਸਾਡੀ ਕੈਂਪੇਨ ਬਹੁਤ ਵਧੀਆ ਚੱਲ ਰਹੀ ਹੈ, ਟੀਮ ਉੱਥੇ ਸੈੱਟ ਹੈ। ਇਸ ਤੋਂ ਬਾਅਦ ਅਸੀਂ ਮੈਡੀਕਲ ਹੈਲਥ ਦੇ ਉੱਤੇ ਜਿਹੜਾ ਇਹਨਾਂ ਦੇ ਸਟਾਫ ਦਾ ਜਿਹੜਾ ਸਮਾਨ ਹੈ ਉਹਦੇ ਵਾਸਤੇ ਜਾਂ ਕੋਈ ਕਿਸੇ ਪੇਸ਼ੈਂਟ ਲਈ, ਹੋਰ ਬਹੁਤ ਹਸਪਤਾਲ ਬੰਦ ਹੋ ਗਏ ਨੇ, ਕਿਸੇ ਕੰਮ ਕੋਈ ਹੋਰ ਪੇਸ਼ੈਂਟ ਉੱਥੇ ਇਲਾਜ ਨਹੀਂ ਹੋ ਰਿਹਾ, ਉਹਨਾਂ ਚੀਜ਼ਾਂ ਵੱਲ ਅਸੀਂ ਅੱਜ ਤੋਂ ਬਾਅਦ ਧਿਆਨ ਦੇਵਾਂਗੇ। ਜੇ ਇਹ ਲੋਕ ਮਰ ਗਏ, ਇਹਨਾਂ ਨੂੰ ਕੁਛ ਹੋ ਗਿਆ, ਤਾਂ ਸਾਨੂੰ ਕੌਣ ਬਚਾਏਗਾ? ਫਿਰ ਤਾਂ ਸਾਰਾ ਸ਼ਹਿਰ ਮਰੇਗਾ। ਇਹ ਘਰ 'ਚ ਵੀ ਜਾਂਦੇ ਨੇ ਬਿਨਾਂ ਮਾਸਕ, ਬਿਨਾਂ ਸਾਰਾ ਕੁਝ, ਇਹਨਾਂ ਨੂੰ ਮਿਲਦਾ ਨਹੀਂ, ਇਹਨਾਂ ਦੇ ਪਰਿਵਾਰ ਦੇ ਜੀਅ ਵੀ ਖਤਰੇ 'ਚ ਨੇ। ਇਹ ਸਾਰਾ ਕੁਝ ਧਿਆਨ 'ਚ ਰੱਖਣਾ ਚਾਹੀਦਾ। ਪਹਿਲੀ ਗੱਲ ਤਾਂ ਜੇ ਕਰੋਨਾ ਪੇਸ਼ੈਂਟ ਆ ਗਿਆ ਜੋ ਪੋਜ਼ਿਟਿਵ ਹੈ, ਤਾਂ ਇਹਨਾਂ ਨੂੰ ਬਿਲਕੁਲ ਉਸੇ ਵੇਲੇ ਦੱਸ ਦੇਣਾ ਚਾਹੀਦਾ, ਤਾਂ ਜੋ ਇਹ ਆਪਣੀ ਵੀ ਸਾਵਧਾਨੀ ਵਰਤ ਲੈਣ, ਇੰਨਾ ਇਹਨੂੰ ਇਗਨੋਰ ਨਾ ਕੀਤਾ ਜਾਵੇ। ਔਰ ਦੂਜੀ ਚੀਜ਼, ਅੱਜ ਕਿਸੇ ਦੇ ਘਰ 'ਚ ਕਰੋਨਾ, ਕਿਸੇ ਦੇ ਘਰ 'ਚ ਕੋਈ ਪੇਸ਼ੈਂਟ ਹੈ, ਉਹ ਸਰਕਾਰ ਨੂੰ ਦੱਸ ਹੀ ਨਹੀਂ ਰਿਹਾ ਕਿ ਮੈਨੂੰ ਹੈਗਾ। ਕਾਰਨ ਉਹਦਾ ਇਹ ਹੈ ਕਿ ਇੱਥੇ ਨਾ ਕੋਈ ਇੰਤਜ਼ਾਮ ਹੀ ਨਹੀਂ ਹੈਗੇ। ਭਾਈ ਨਿਰਮਲ ਸਿੰਘ ਹੋਣਾ ਦੀ ਰਿਕਾਰਡਿੰਗ ਤੁਸੀਂ ਸਾਰਿਆਂ ਨੇ ਸੁਣੀ ਹੈ, ਉਹ ਵਾਇਰਲ ਹੋ ਰਹੀ ਹੈ। ਜੇ ਉਹ ਸੱਚੀ ਹੈ ਤਾਂ ਫਿਰ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ? ਮੇਰੀ ਇਹ ਡਿਮਾਂਡ ਹੈ, ਇੱਕ ਸ਼ਹਿਰ ਵਾਸੀ ਹੋਣ ਦੇ ਨਾਤੇ, ਇਸ ਸ਼ਹਿਰ ਨੂੰ ਪਿਆਰ ਕਰਨ ਦੇ ਵਾਸਤੇ, ਇਸ ਦੇਸ਼ ਪ੍ਰੇਮੀ ਹੋਣ ਦੇ ਨਾਤੇ, ਕਿ ਉਹਨਾਂ ਦੀ ਜਿਹੜੀ CCTV ਫੁਟੇਜ ਹੈ ਉਹ ਜਾਰੀ ਕੀਤੀ ਜਾਵੇ ਕਿ ਉਹ ਕਿਹੜੇ ਹਾਲਾਤਾਂ 'ਚ ਰਹੇ, ਉਹਨਾਂ ਨੂੰ ਕੀ ਕਮੀਆਂ ਆਈਆਂ, ਕੀ ਉਹ ਰਿਕਾਰਡਿੰਗ ਉਹਨਾਂ ਦੀ ਸੱਚ ਹੈ। ਅਤੇ ਫਿਰ ਜਿਹੜਾ ਜਿਹੜਾ ਬੰਦਾ ਸਿਆਸੀ ਤੌਰ 'ਤੇ ਦੇ ਉੱਤੇ ਜ਼ਿੰਮੇਵਾਰ ਹੈ, ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਵੇ। ਇਹਨਾਂ ਦੇ ਲੋੜਾਂ ਜਿਹੜੀਆਂ ਪੂਰੀਆਂ ਹੋਣੀਆਂ ਚਾਹੀਦੀਆਂ। ਇੱਕ ਗੱਲ ਹੋਰ, ਅੰਮ੍ਰਿਤਸਰ ਨੂੰ ਕਰੋਨਾ ਹੱਬ ਬਣਾ ਕੇ ਰੱਖ ਦਿੱਤਾ। ਹੁਸ਼ਿਆਰਪੁਰ ਤੋਂ ਪੇਸ਼ੈਂਟ ਆਉਂਦਾ ਇੱਥੇ, ਜਲੰਧਰ ਤੋਂ ਪੇਸ਼ੈਂਟ ਆਉਂਦਾ ਇੱਥੇ, ਕਪੂਰਥਲੇ ਤੋਂ ਪੇਸ਼ੈਂਟ ਆਉਂਦਾ ਇੱਥੇ। ਅਸੀਂ ਅੰਮ੍ਰਿਤਸਰੀਏ ਹਾਂ, ਅਸੀਂ ਦਿਲ ਖੋਲ੍ਹਦੇ ਹਾਂ, ਸਾਡੇ ਘਰਾਂ 'ਚ ਵੀ ਰੱਖੋ, ਅਸੀਂ ਨਾਂਹ ਨਹੀਂ ਕਰਾਂਗੇ ਇਸ ਗੱਲ ਨੂੰ। ਪਰ CM ਸ਼ੁੱਡ ਬੀ ਦੇਅਰ, ਉਹਨੂੰ ਇੱਥੇ ਚਾਹੀਦਾ ਪੰਜਾਬ ਦੇ ਵਿੱਚ ਅੰਮ੍ਰਿਤਸਰ 'ਚ ਆਪਣਾ ਅੱਡਾ ਬਣਾਉਣ, ਇੱਥੇ ਆਪਣਾ ਹੈੱਡਕੁਆਟਰ ਬਣਾਉਣ। ਜੇ ਕਰੋਨਾ ਹੱਬ ਬਣ ਚੁੱਕਾ, ਉਹ ਕਿਉਂ ਨਹੀਂ ਆਉਂਦੇ ਇੱਥੇ? ਕਿ ਉਹਨਾਂ ਨੂੰ ਕਰਫਿਊ ਪਾਸ ਦੀ ਲੋੜ ਹੈ? ਇੱਥੋਂ ਬਣਵਾ ਦਈਏ DC ਕੋਲ ਉਹਨਾਂ ਨੂੰ। ਉਹ ਫੌਜੀ ਰਹੇ ਨੇ, ਫੌਜੀ ਦਾ ਕੰਮ ਹੁੰਦਾ ਜੰਗ 'ਚ ਲੜਨਾ। ਮੈਂ ਉਹਨਾਂ ਦੇ ਲੈਕਚਰ ਸੁਣਦਾ ਰਿਹਾ, ਮੈਂ ਉਹਨਾਂ ਨਾਲ ਸਟੇਜਾਂ ਸਾਂਝੀਆਂ ਕਰਦਾ ਰਿਹਾ ਵਾਂ। ਉਹ ਹਮੇਸ਼ਾ ਕਹਿੰਦੇ ਸੀ ਮੈਂ ਜੰਗ 'ਚ ਅੱਗੇ ਲੜਿਆ, ਇਹ ਕਰੋਨਾ ਨਾਲ ਜੰਗ ਹੈ, ਫਿਰ ਇੱਥੇ ਕਿਉਂ ਨਹੀਂ ਆਇਆ ਜਾ ਰਿਹਾ? ਔਰ ਕੱਲ੍ਹ ਤੁਸੀਂ ਦੇਖੋ ਹਸਪਤਾਲਾਂ ਦੇ ਹਾਲਾਤ ਕੀ ਬਣਾ ਕੇ ਰੱਖ ਦਿੱਤੇ ਆ। ਕਰੋਨਾ ਇੰਨਾ ਹਾਵੀ ਹੋ ਗਿਆ, ਸਾਰੇ ਰਿਸ਼ਤੇ, ਸਾਰੀ ਇਨਸਾਨੀਅਤ ਮਰ ਚੁੱਕੀ ਆ। ਆ ਜੌੜਾ ਫਾਟਕ ਲਾਗੂ ਇੱਕ ਲੇਡੀ ਸੀਗੀ, ਉਹਨੂੰ ਡਿਲੀਵਰੀ ਉਹਦੀ ਹੋਣੀ ਸੀ, ਕਿਸੇ ਹੌਸਪੀਟਲ ਨੇ ਬੂਹਾ ਨਹੀਂ ਖੋਲ੍ਹਿਆ, ਔਰ ਸੜਕ 'ਤੇ ਇੱਕ ਤਖਤੇ ਦੇ ਉੱਤੇ ਉਹਦੀ ਜਿਹੜੀ ਡਿਲੀਵਰੀ ਕਰਾਉਣੀ ਪਈ। ਇਹ ਹਾਲਾਤ ਨੇ, ਫੰਡ ਕਿੱਥੇ ਗਏ? ਅੱਜ ਸਾਰੇ ਹਸਪਤਾਲਾਂ ਨੂੰ, ਸਾਰੀ ਐਡਮਿਨਿਸਟ੍ਰੇਸ਼ਨ ਨੂੰ, ਸਾਰੇ ਸਿਆਸੀ ਲੀਡਰਾਂ ਨੂੰ ਨੰਗਾ ਕਰਕੇ ਰੱਖ ਦਿੱਤਾ ਕਿ ਜਿਹੜੇ ਸੈਂਟਰ ਤੋਂ ਫੰਡ ਆਉਂਦੇ ਸੀ, ਜਿਹੜੀਆਂ ਦੂਜੀਆਂ ਤੀਜੀਆਂ ਚੀਜ਼ਾਂ ਸੀਗੀਆਂ, ਉਹ ਕਿੱਥੇ ਗਈਆਂ? ਅੱਜ ਵਰਤੋਂ 'ਚ ਨਹੀਂ। ਮੈਂ ਤੁਹਾਨੂੰ ਹਿੰਦੁਸਤਾਨ ਦੀ ਡਿਟੇਲ ਦੱਸਣ ਲੱਗਾ, ਵਾਸ਼ਿੰਗਟਨ ਅਖਬਾਰ ਤੋਂ ਮੈਂ ਕੱਢ ਕੇ ਲਿਆਇਆ ਸਾਰੀ, ਕਿ 130 ਕਰੋੜ ਦੀ ਆਬਾਦੀ ਹੈ, 11,600 ਬੰਦੇ ਦੇ ਮਗਰ ਇੱਕ ਡਾਕਟਰ ਹੈ ਸਾਡੇ ਨਾਲ, 84,000 ਬੈੱਡ, 84,000 ਬੰਦੇ ਨੂੰ ਇੱਕ ਬੈੱਡ ਮਿਲਦਾ ਆਈਸੋਲੇਸ਼ਨ ਦਾ। ਇਹ ਹਾਲਾਤ ਨੇ, 40,000 ਜਿਹੜੇ ਵੈਂਟੀਲੇਟਰ ਆਲ ਓਵਰ ਇੰਡੀਆ ਦੇ ਵਿੱਚ ਨੇ। ਕੀ ਅਸੀਂ ਕਰੋਨਾ ਨਾਲ ਲੜਾਂਗੇ? ਉਹ ਵੀ ਆਲਰੇਡੀ ਕਿੰਨੇ ਯੂਜ਼ ਹੋ ਰਹੇ ਨੇ, ਕਿੰਨੇ ਨਹੀਂ ਚੱਲ ਰਹੇ? ਇਹਨਾਂ ਸਾਰੀਆਂ ਚੀਜ਼ਾਂ 'ਤੇ ਧਿਆਨ ਦੇਣ ਦੀ ਲੋੜ ਹੈ। 3 ਟਾਈਪ ਦੇ ਬੈੱਡ ਨੇ, ਆਈਸੋਲੇਸ਼ਨ, ਕੁਆਰੰਟਾਈਨ ਅਤੇ ਨੋਰਮਲ ਬੈੱਡ। 36,000 ਬੰਦੇ ਮਗਰ ਇੱਕ ਕੁਆਰੰਟਾਈਨ ਬੈੱਡ ਹੈ, 1826 ਬੰਦੇ ਦੇ ਮਗਰ ਇੱਕ ਨੋਰਮਲ ਬੈੱਡ ਹੈ। ਇਹ ਜਿਹੜਾ ਅਫੀਸ਼ੀਅਲ ਡਾਟਾ ਕਦੀ ਵੀ ਪੂਰਾ ਨਹੀਂ ਹੁੰਦਾ, ਇਸ ਤੋਂ ਘੱਟ ਹੋਣਗੇ। ਸਰਕਾਰ ਕਿਸ ਤਰ੍ਹਾਂ ਲੜਨਾ ਚਾਹੁੰਦੀ ਹੈ? ਲੋਕ ਗਰੀਬੀ ਨਾਲ ਮਰ ਰਹੇ ਆ, ਭੁੱਖ ਨਾਲ ਮਰ ਰਹੇ ਆ, ਇਹਨਾਂ ਦੀ ਇਹ ਹਾਲਾਤ ਬਣਾ ਕੇ ਰੱਖ ਦਿੱਤੀ ਹੈ। ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਕੱਲ੍ਹ ਵੀ ਬੇਨਤੀ ਕੀਤੀ ਸੀ ਕਿ ਸਵੇਰੇ ਸਵੇਰੇ ਫੋਨ ਫੜ ਦਿਓ ਤੁਸੀਂ,
ਐਸ ਐਸ ਪੀ ਡੀ ਸੀ ਹੋਰ ਆਫਿਸਰ ਨੂੰ ਫੋਨ ਲਾਉਂਦੇ ਹੋ, ਹੈਲੋ ਬੇਟਾ ਹਾਓ ਆਰ ਯੂ ਫਾਈਨ, ਉਹ ਅੱਗੋਂ ਕਹਿੰਦੇ ਨੇ ਯੈਸ ਸਰ, ਉਹ ਤੁਹਾਨੂੰ ਨਹੀਂ ਦੱਸ ਸਕਦੇ, ਉਹ ਤੁਹਾਨੂੰ ਨਹੀਂ ਬੋਲ ਸਕਦੇ ਹਾਲਾਤ ਮਾੜੇ ਨੇ ਕਿਉਂਕਿ ਤੁਸੀਂ ਡਿਸਮਿਸ ਕਰ ਦੋਗੇ। ਇੰਨਾ 'ਚੋਂ ਮੇਰੀ ਕਿਸੇ ਭੈਣ ਨੂੰ ਫੋਨ ਕਰਕੇ ਪੁੱਛੋ ਤੁਹਾਨੂੰ ਹਾਲਾਤ ਦੱਸੇ ਪੰਜਾਬ ਦੇ ਕੀ ਨੇ, ਕਿਵੇਂ ਲੜ ਰਹੇ ਹੋ। ਭਾਈ ਨਿਰਮਲ ਸਿੰਘ ਦੀ ਜਿਹੜੀ ਇੱਥੇ ਪਦਮ ਸ਼੍ਰੀ ਬੰਦਾ ਹੋਵੇ ਅਤੇ ਸਰਕਾਰ ਨੂੰ ਸਿੱਧਾ ਦਖਲ ਦੇਣਾ ਚਾਹੀਦਾ ਸੀ ਉਹਦੇ ਲਈ, ਅਤੇ ਵਾਰਡ ਕੀ ਇੱਕ ਕੋਠੀ ਤੱਕ ਲੈ ਕੇ ਉਹਨੂੰ ਕਰਨਾ ਚਾਹੀਦਾ ਸੀ। ਇੰਨੀ ਦੁਰਗਤ ਨਾ ਕਰੋ ਪੰਜਾਬੀਆਂ ਦੀ। ਔਰ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਕਿ ਪੈਸਾ ਤੁਹਾਡੇ ਕੋਲ ਲੰਗਰ ਲਈ ਵੀ ਨਹੀਂ ਮੰਗਿਆ, ਵੱਖ ਵੱਖ ਐਨ ਜੀ ਓ ਵੱਖ ਵੱਖ ਸੰਸਥਾਵਾਂ ਨੇ ਇਹਨਾਂ ਨਰਸਿਸ ਨੂੰ ਗਲਵਸ, ਸੈਨੇਟਾਈਜ਼ਰ, ਇਹਦੇ ਨਾਲ ਨਾਲ ਮਾਸਕ ਔਰ ਜਿਹੜੀਆਂ ਇਹਨਾਂ ਦੀਆਂ ਪੀ ਪੀ ਕਿੱਟ ਨੇ ਉਹ ਇਹਨਾਂ ਨੂੰ ਨਹੀਂ ਮਿਲ ਰਹੀਆਂ। ਸ਼ਹਿਰ ਵਾਸੀ, ਜੇ ਸਰਕਾਰ, ਮੈਂ ਪੰਜਾਬੀ 'ਚ ਕਹਾਂ, ਨਮਰਦ ਬਣ ਚੁੱਕੀ ਹੈ, ਅਤੇ ਸ਼ਹਿਰ ਵਾਸੀ ਉਹ ਇਕੱਠੇ ਹੋਵੋ, ਇਹ ਲੋਕ ਬਚਣਗੇ ਅਤੇ ਅਸੀਂ ਬਚਾਂਗੇ, ਨਹੀਂ ਤਾਂ ਨਹੀਂ ਬਚ ਸਕਦੇ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਕੱਲ ਤੋਂ ਪਤਾ ਲੱਗ ਹੀ ਗਿਆ ਵਾ ਕਿ ਅੰਦਰ ਦੇ ਹਾਲਾਤ ਕੀ ਹਨ ਅਤੇ ਉੱਪਰੋਂ ਕੀ ਨਿਊਜ਼ ਜਾ ਰਹੀਆਂ ਨੇ, ਉੱਪਰ ਕੀ ਖਬਰਾਂ ਜਾ ਰਹੀਆਂ ਨੇ, ਸੀ ਐਮ ਸਾਹਿਬ ਨੂੰ, ਸਾਡੇ ਡੀ ਸੀ ਸਾਹਿਬ, ਸਾਡੇ ਐਮ ਐਸ ਸਰ ਕਿਹੋ ਜਿਹੀਆਂ ਖਬਰਾਂ ਦੇ ਰਹੇ ਨੇ, ਅਤੇ ਗਰਾਊਂਡ ਲੈਵਲ ਅਤੇ ਜ਼ੀਰੋ ਲੈਵਲ 'ਤੇ ਕੀ ਹਾਲਾਤ ਨੇ, ਕਿਸ ਤਰ੍ਹਾਂ ਸਾਡੇ ਡਿਪਾਰਟਮੈਂਟ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਸਾਨੂੰ ਅੱਗ ਵਿੱਚ ਝੋਕਿਆ ਜਾ ਰਿਹਾ, ਬਿਨਾਂ ਕਿਸੇ ਹਥਿਆਰ ਤੋਂ ਸਾਨੂੰ ਜੰਗ ਲੜਨ ਵਾਸਤੇ ਕਿਹਾ ਜਾ ਰਿਹਾ। ਜਿਵੇਂ ਕਿ ਸਾਨੂੰ ਕੋਈ ਵੀ ਫੈਸਿਲਿਟੀ ਪ੍ਰੋਵਾਈਡ ਨਹੀਂ ਕੀਤੀ ਜਾ ਰਹੀ, ਸਭ ਤੋਂ ਪਹਿਲਾਂ ਸਟਾਰਟਿੰਗ ਹੁੰਦੀ ਕਰੋਨਾ ਪੇਰੈਂਟਸ ਦੀ, ਪੇਸ਼ੈਂਟ ਦੀ ਆਈਸੋਲੇਸ਼ਨ ਵਾਰਡ ਤੋਂ, ਆਈਸੋਲੇਸ਼ਨ ਵਾਰਡ ਦੇ ਵਿੱਚ ਕੋਈ ਕਿੱਟ ਪ੍ਰੋਵਾਈਡ ਨਹੀਂ ਕਰ ਰਹੇ, ਕਿਸੇ ਨੂੰ ਕੋਈ ਕਿੱਟ ਨਹੀਂ ਦਿੱਤੀ ਜਾ ਰਹੀ। ਜਿਵੇਂ ਕਿ ਵੇਖੋ, ਇੱਕ ਆਈਸੋਲੇਸ਼ਨ ਵਾਰਡ ਦੇ ਵਿੱਚੋਂ ਹੀ ਉਹ ਪੇਸ਼ੈਂਟ ਪੋਜ਼ਿਟਿਵ ਨਿਕਲਦਾ ਅਤੇ ਉਸਨੂੰ ਕਰੋਨਾ ਵਾਰਡ ਵਿੱਚ ਸ਼ਿਫਟ ਕੀਤਾ ਜਾਂਦਾ, ਪਰ ਉਹ ਪੇਸ਼ੈਂਟ ਨੂੰ ਸਾਡੀ ਇੱਕ ਸਟਾਫ ਨਿਹੱਥੀ ਹੀ ਅਟੈਂਡ ਕਰ ਰਹੀ ਹੈ। ਸਾਨੂੰ ਅੱਜ ਭਾਈ ਮਨਦੀਪ ਸਿੰਘ, ਭਾਜੀ ਮਨਦੀਪ ਮੰਨਾ ਜੀ ਇੱਥੇ ਆਏ ਨੇ, ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸੈਨੇਟਾਈਜ਼ਰ, ਗਲਵਸ ਅਤੇ N90 ਮਾਸਕ ਪ੍ਰੋਵਾਈਡ ਕੀਤੇ ਨੇ। ਅਸੀਂ ਤਹਿ ਦਿਲੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਅਤੇ ਉਹਨਾਂ ਨੇ ਸਾਡਾ ਸਾਥ ਦਿੱਤਾ ਅਤੇ ਸਾਡਾ ਹੌਸਲਾ ਅਫਜਾਈ ਕੀਤੀ ਹੈ।